ਜ਼ਿੰਦਗੀ ਦੀਆਂ ਖੇਡਾਂ ਦੇ ਵਿੱਚ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਤੇ ਅੱਜ ਸ਼ਾਮ ਦੇ 5:30 ਹੋ ਚੁੱਕੇ ਨੇ ਕਿ ਮੈਂ ਜੌਬ ਤੇ ਸੀ ਸਵੇਰ ਦਾ ਤੇ ਆਪਣੀ ਡਿਊਟੀ ਕਰਨ ਤੋਂ ਬਾਅਦ ਹੁਣ ਮੈਂ ਵਰਕਸ਼ਾਪ ਆਏਗਾ ਉਰੇ ਜਿਹੜੇ ਜਿਹੜੇ ਕੰਮ ਹੋ ਗਏ ਨੇ ਉਹ ਤੁਹਾਨੂੰ ਦਿਖਾਉਣੇ ਹੈਗੇ ਤੇ ਟਰੈਕਟਰ ਦਾ ਅੱਜ ਗੇੜਾ ਲਾ ਲਾਂਗੇ ਆਪਾਂ ਜਿਹੜਾ ਫੋਰਡ 3000 ਆਪਾਂ ਮੋਡੀਫਾਈ ਕਰ ਰਹੇ ਹਾਂਗੇ ਉਹਦਾ ਅੱਜ ਗੇੜਾ ਲਾ ਲਾਂਗੇ ਤੇ ਬਾਕੀ ਸਾਰੀ ਚੀਜ਼ਾਂ ਤੁਹਾਡੇ ਅੱਗੇ ਵੀਡੀਓ 'ਚ ਸਾਂਝੇ ਕਰਦੇ ਨਾਲ ਬਣੇ ਰਹੋ ਤੇ ਪਹਿਲਾਂ ਵਾਲੀ ਵੀਡੀਓ ਨੂੰ ਇੰਨਾ ਪਿਆਰ ਦੇਣ ਉਹਦੇ ਲਈ ਧੰਨਵਾਦ ਲਾਈਕ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਜੇ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੋਵੇ ਜਾਂ ਟਰੈਕਟਰ ਮੋਡੀਫਾਈ ਕਰਾਉਣਾ ਹੋਵੇ ਤਾਂ ਛੋਟੇ ਭਰਾ ਦਾ ਨੰਬਰ ਮੇਰਾ ਸਕਰੀਨ 'ਤੇ ਆ ਰਿਹਾ ਹੈਗਾ ਉਹਦੇ ਨਾਲ ਸੰਪਰਕ ਕਰ ਲਿਓ ਇਹ ਤਾਂ ਕਿਵੇਂ ਨਹੀਂ ਬੋਲਦਾ ਕਹਿੰਦਾ ਮੇਰੀ ਵੀਡੀਓ ਨਹੀਂ ਬਣਦਾ ਮਣੀ ਕਹਿੰਦਾ ਮੇਰੀ ਵੀਡੀਓ ਬਣਾਉਂਦਾ ਚੱਲ ਅੱਛਾ ਗੱਲ ਸੁਣ ਤੈਨੂੰ ਕੀ ਕੰਮ ਆਉਂਦੇ ਨੇਗੇ ਚੱਲ ਅੱਛਾ ਇਹ ਤਾਂ ਦੱਸ ਦੇ ਤੈਨੂੰ ਇੱਕ ਵਾਰ ਕਾਂਡ ਕਰਤਾ ਸੀਗਾ ਇਹ ਆਪਣਾ ਭਰਾ ਮਨਪ੍ਰੀਤ ਹੈ ਮੇਰਾ ਕਲਾਸਮੇਟ ਹੈ ਜਿਹੜੇ ਭਰਾ ਤੁਸੀਂ ਦੇਖ ਰਹੇ ਹੋਗੇ ਤੇ ਬਾਈ ਇੱਥੋਂ ਬਬਲੂ ਤੁਸੀਂ ਵੀ ਸੁਣ ਲਓ ਇਹਦੀ ਗੱਲ ਤੇ ਇਹ ਵੈਲਡਿੰਗ ਕਰਨ ਲੱਗ ਗਿਆ ਇੱਕ ਬੰਦਾ ਕਹਿੰਦਾ ਨਾ ਮੇਰੀ ਟਰਾਲੀ ਕਹਿੰਦਾ ਥੱਲੋਂ ਯਾਰ ਹਿੱਲਦੀ ਹੈ ਕਹਿੰਦਾ ਬਾਹਲੀ ਖੜਕਦੀ ਹੈ ਤੇ ਇਹਨੇ ਅੱਗੇ ਕੀ ਕੀਤਾ ਤੂੰ ਦੱਸ ਅੱਗੇ ਕੀ ਕਰਨਾ ਸੀ ਗਟਰ ਵੈਲਡ ਕਰਦੇ ਜੀ ਜੈਕ ਵਾਲੀ ਟਰਾਲੀ ਸੀ ਇਹ ਕਹਿੰਦਾ ਯਾਰ ਆਹ ਕਹਿੰਦਾ ਜੈਕ ਤੇ ਕਹਿੰਦਾ ਗਾਡਰ ਕਹਿੰਦਾ ਟਰਾਲੀ ਗਾਡਰ ਤੁਹਾਡੀ ਫਿਰਦੀ ਹੈ ਕਹਿੰਦਾ ਜੈਕ ਵਾਲੀ ਟਰਾਲੀ ਸੀਗੀ ਤੇ ਬੈਲੀ ਨੇ ਗਾਡਰੀ ਵੈਲਡ ਕਰਤਾ ਬਾਅਦ ਚੋਂ ਪਿੱਟਦਾ ਵੀਰੇ ਬੰਦਾ ਟਰਾਲੀ ਤੇ ਖੜੀ ਹੋਈ ਨਹੀਂ ਪਰ ਟੈਟਰੀ ਖੜੀ ਹੋਈ ਜਾਵੇ ਕਹਿੰਦਾ ਗਾਡਰੀ ਵੈਲਡ ਕਰਤਾ ਇਹਨੇ ਤੇ ਇਹ ਇਹੋ ਜਿਹੇ ਆਪਣਾ ਭਰਾ ਹੈ ਮਣੀ ਤੇ ਫੁੱਲ ਕਾਰੀਗਰ ਤੇ ਆਪਣੇ ਹੁਣ ਵਿੰਦਰ ਹੋਣੀ ਨੇ ਆਹ ਟਾਇਰਾਂ ਤੇ ਖੜਾ ਹੋ ਗਿਆ ਆਪਣਾ ਫੋਟ ਇਹ ਰੇਡੀਏਟਰ ਲੱਗ ਚੁੱਕਿਆ ਹੈਗਾ ਸਾਰਾ ਕੁਝ ਕੰਪਲੀਟ ਹੋ ਚੁੱਕਿਆ ਪੈਰਦਾਨ ਆਹ ਪ੍ਰਾਈਮਰ ਆਪਣੇ ਕੋਲ ਇਹ ਨਵੇਂ ਪੈਰਦਾਨ ਨੇ ਆਪਣੇ ਕੋਲ ਨਵੇਂ ਸੀਗੇ ਅਤੇ ਇਹਨੇ ਪ੍ਰਾਈਮਰ ਮਾਰ ਲਿਆ ਅਤੇ ਰੰਗ ਨਹੀਂ ਸੀਗਾ ਵੀ ਪ੍ਰਾਈਮਰ ਮਾਰ ਲਿਆ ਵੀ ਖਰਾਬ ਨਾ ਹੋਵੇ ਜਰ ਨਾ ਲੱਗੇ ਪੇਂਟ ਹੋਣ ਵੇਲੇ ਆਪਾਂ ਨੇ ਸਾਰਾ ਦੁਬਾਰੇ ਤਾਰ ਕੇ ਕਰਨਾ ਹੀ ਹੈਗਾ ਅਤੇ ਰੰਗ ਹੀ ਬੜਾ ਜਚ ਰਿਹਾ ਯਾਰ ਬੜਾ ਸੋਹਣਾ ਲੱਗ ਰਿਹਾ ਗ੍ਰੀਨ ਕਲਰ ਦਾ ਜੇ ਇਹੋ ਜਿਹਾ ਫੋਟ ਹੋਵੇ ਬਾਈ ਸਵਾਦ ਹੀ ਆ ਜਾਣਾ ਮੈਟ ਕਲਰ ਗ੍ਰੀਨ ਕਲਰ ਦੇਖੋ ਬੜਾ ਸੋਹਣਾ ਸ਼ੇਡ ਜਿਹਾ ਨਿਕਲਿਆ ਇਹਦਾ ਨਿਕਲ ਗਿਆ ਬਾਕੀ ਆ ਤੁਹਾਨੂੰ ਤਾਂ ਕਹਿੰਦਾ ਦੇਖ ਲਿਆ ਸੀ ਆ ਟਾਇਰ ਕੇ ਖੋਲਿਆ ਜਿੱਧਰਲਾ ਸ਼ਾਫਟ ਕੱਢੀ ਦਿਖ ਰਿਹਾ ਆਪਣੀ ਅੱਛਾ ਬ੍ਰੇਕ ਪੈਡ ਵਾਲੀ ਸ਼ਾਫਟ ਪਈ ਆ ਪੱਕੀ ਦੀ ਠੀਕ ਹੈ ਤੇ ਆਹ ਆਪਣੇ ਨਵੇਂ ਡਰਮ ਲੱਗੇ ਸੀ ਸਾਰਾ ਕੁਝ ਬ੍ਰੇਕ ਲੈਦਰ ਨਵੇਂ ਸੀ ਅੱਜ ਬ੍ਰੇਕ ਚੈੱਕ ਕਰ ਦਿਆਂਗੇ ਇਹਦੇ ਤੇ ਸਾਰੀ ਬਸ ਇਹੀ ਗੱਲਬਾਤ ਤੁਹਾਨੂੰ ਅੱਜ ਵਾਲੀ ਵੀਡੀਓ ਦੇ ਵਿੱਚ ਦਿਖਾਉਣੀ ਹੈਗੀ ਬਾਕੀ ਬਿੰਦਰ ਇਹ ਤਾਂ ਨਿਕਲ ਜੂ ਅੱਜ ਬਾਹਰ 10 ਮਿੰਟ ਵੇਟ ਕਰੋ ਜੀ 10 ਮਿੰਟ 10 ਮਿੰਟ ਓਕੇ ਤੇ ਇਹਦਾ ਜਿਹੜਾ ਤੁਸੀਂ ਆ ਦੇਖੋ 60 ਵਾਲੇ ਇਹਦੇ ਸਪੈਂਡਲ ਪਾਤੇ ਸਪੈਂਡਲ ਟੁੱਟਣ ਦੀ ਟੈਨਸ਼ਨ ਖਤਮ ਹੋ ਗਈ 60 ਵਾਲੇ ਪਾਤੇ ਫੋਰਡ 3600 ਚ 60 ਵਾਲੇ ਸਪੈਂਡਲ ਪਾ ਕੇ ਆਹ ਬੁਸ਼ ਲਾਇਆ ਹੋਇਆ ਹੈਗਾ ਥੋੜ੍ਹੇ ਇਹ 60 ਵਾਲੇ ਥੋੜ੍ਹੇ ਜਿਹੇ ਉੱਚੇ ਲੰਬੇ ਜ਼ਿਆਦਾ ਹੁੰਦੇ ਨੇ ਥੋੜ੍ਹਾ ਜਿਹਾ ਬੁਸ਼ ਬਣਾ ਕੇ ਲਾਤਾ ਅਤੇ ਉੱਪਰ ਉਹੀ ਲੋਕ ਲੱਗ ਗਿਆ ਅਤੇ ਇੱਧਰ ਵੀ ਇਹੀ ਹੈ ਇਹਦਾ ਸੈਂਟਰ ਪਿੰਨ ਦੇਖ ਲਓ ਗਰੀਸ ਵਾਲੀ ਉਹਦੇ ਲਾਤੀ ਇਹ ਵੀ ਜਗੜ ਵਧੀਆ ਲਾਇਆ ਹੋਇਆ ਅਤੇ ਮੇਨ ਜਦੋਂ ਪਾਵਰ ਸਟੇਰਿੰਗ ਹੋ ਜਾਣਾ ਇਹ ਪਾਵਰ ਸਟੇਰਿੰਗ ਹੋਣ ਵਾਸਤੇ ਜਦੋਂ ਸਾਰੇ ਕੰਮ ਕੰਪਲੀਟ ਹੋ ਗਏ ਫਿਰ ਪਾਵਰ ਸਟੇਰਿੰਗ ਹੋਣ ਲਈ ਜਾਣਾ ਹੈਗਾ ਫਿਰ ਆਹ ਨਿਕਲ ਜਾਣੀਆਂ ਆਰਮਾਂ ਜਿਹੜੀਆਂ ਨੇਗੀਆਂ ਆਹ ਸਪੋਰਟ ਰਾੜਾ ਹੀ ਰਹਿ ਜਾਣੇ ਇਕੱਲੀਆਂ ਅਤੇ ਆਹ ਨਿਕਲ ਜਾਣੀਆਂ ਨੇਗੀਆਂ ਆਪਣੀਆਂ ਪਾਵਰ ਸਟੇਰਿੰਗ ਸਾਰਾ ਹਟ ਜਾਣਾ ਹੈਗਾ ਅਤੇ ਬਸ ਇਹੀ ਚੀਜ਼ ਹੈਗੀ ਮੇਨ ਅੱਜ ਵਾਲੀ ਦਿਖਾਉਣ ਵਾਲੀ ਅਤੇ ਹੁਣ ਤੁਹਾਨੂੰ ਇਹਨੂੰ ਚੱਲ ਦਾ ਦਿਖਾਵਾਂਗੇ ਇੱਕ ਵਾਰ ਇਹਦਾ ਜਿਹੜਾ ਬ੍ਰੇਕਾਂ ਦਾ ਕੰਮ ਹੋਏਗਾ ਉਹ ਚੈੱਕ ਕਰ ਲਓ ਠੀਕ ਹੈ ਅਤੇ ਆਹ ਡਰਮ ਨਵੇਂ ਨੇ ਸਾਰਾ ਕੁਝ ਨਵੇਂ ਆਪਣਾ ਅਤੇ ਹੁਣ ਆਹ ਦੇਖੋ ਇੱਕ ਟਰੈਕਟਰ ਦੇ ਉੱਤੇ ਚੜਿਆ ਬੈਠਾ ਇੱਕ ਬਾਂਦਰ ਸਾਡਾ ਭਾਈ ਆਪਣਾ ਵੱਡਾ ਭਾਈ ਹੈ 2 ਸਾਲ ਵੱਡਾ ਮੇਰੇ ਤੋਂ ਇਹ ਸਪੈਸ਼ਲ ਪੱਤੀ ਲਾਣੀ ਹੈ ਆਪਾਂ ਯਾਰ ਸਪੈਸ਼ਲ ਲੱਗ ਜਾਂਦੀ ਆ ਹਿੱਲੂਗਾ ਨਹੀਂ ਇਹ ਠੀਕ ਹੈ ਅੱਛਾ ਇੱਕ ਇਹਦੇ ਵਿੱਚ ਸਰਾਖ ਵੱਜੂ ਇੱਕ ਇਹ ਚ ਸਰਾਖ ਵੱਜ ਜੂਗਾ ਫਿਰ ਰੇਡੀਏਟਰ ਦਾ ਹਿੱਲਣਾ ਬੰਦ ਹੋ ਜੂਗਾ ਪੱਤੀ ਬਣਾਈ ਹੈ ਉਰੇ ਆ ਲੱਗ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਬਹੁਤ ਵਧੀਆ ਪੱਕੇ ਕੰਮ ਕਰਦੇ ਆ ਪੂਰੇ ਪੱਕੇ ਕੋਕੇ ਲਾਦੇ ਤੇ ਇੱਕ ਵਾਰ ਉਹ ਦੁਬਾਰੇ ਟਾਇਰ ਖੋਲਿਆ ਸੀ ਕੁਝ ਚੈੱਕ ਕੀਤਾ ਕਰਨਾ ਸੀਗਾ ਥੋੜ੍ਹੀ ਜਿਹੀ ਚੈਕਿੰਗ ਕਰਨ ਤੋਂ ਬਾਅਦ ਹੁਣ ਆਹ ਵੱਡੀ ਆਪਣੀ ਗੰਨ ਹੈਗੀ ਜਿਹੜੀ ਨਾਟਕਾਸਨ ਵਾਲੀ ਹੈਗੀ ਅਤੇ ਇਹਨੂੰ ਆਪਾਂ ਤੁਹਾਨੂੰ ਚੱਲਦੇ ਦਿਖਾਉਣੇ ਵੀ ਕਿਵੇਂ ਕਿੰਨੀ ਜਲਦੀ ਕਿੰਨਾ ਸੌਖਾ ਕੰਮ ਹੋ ਗਿਆ ਇਹਨੂੰ ਖੋਲ੍ਹਣਾ ਟਾਇਰ ਨੂੰ ਸਾਡੇ ਲਈ ਅਤੇ ਕਿੰਨਾ ਜਲਦੀ ਕੱਸਣਾ ਬੜਾ ਸੌਖਾ ਕੰਮ ਹੋ ਗਿਆ ਇਹਦੀ ਮਦਦ ਨਾਲ ਉਹ ਦਿਖਾਉਣੇ ਤੁਹਾਨੂੰ ਚੱਲਦੀ ਦਿਖਾਵਾਂਗੇ ਉਹ ਸਾਰਾ ਟਾਇਰ ਇੱਕਦਮ ਖਿੱਚਦਾ ਨਾ ਨਾਲ ਦੀ ਨਾਲ ਸਭ ਤੋਂ ਔਖਾ ਨਟ ਹੁੰਦਾ ਇਹ ਸਭ ਤੋਂ ਔਖਾ ਟਾਇਰ ਦਾ ਇਹ ਐਂ ਨਾਲ ਵੀ ਸਾਡੇ ਲਈ ਸੌਖਾ ਬਹੁਤ ਸੌਖਾ ਕੰਮ ਹੋ ਗਿਆ ਟਾਇਰ ਬਹੁਤ ਜ਼ਿਆਦਾ ਆਰਾਮਦਾਰੀ ਹੈ ਯਾਰ ਇਹ ਮਸ਼ੀਨ ਕਿਉਂ ਮਹਿੰਦਰ ਇੱਕ ਮਿੰਟ ਵੀ ਨਹੀਂ ਲੱਗਿਆ ਟਾਇਰ ਲਾਉਣ 'ਚ ਕਿਉਂ ਮਹਿੰਦਰ ਇੱਕ ਮਿੰਟ ਵੀ ਨਹੀਂ ਲੱਗਿਆ ਟਾਇਰ ਲਾਉਣ 'ਚ ਦੇਖ ਲਓ ਅਤੇ ਚਲੋ ਇਹ ਕੰਮ ਇਸ ਤਰੀਕੇ ਨਾਲ ਹੋਣ ਲੱਗ ਗਿਆ ਹੁਣ ਵਧੀਆ ਤਰੀਕਾ ਬਾਕੀ ਆਹ ਤਾਂ ਤਿਆਰ ਹੀ ਅੱਜ ਸਾਈਡ ਤੇ ਹੋ ਜੂਗਾ ਹੋ ਗਿਆ ਸਟਾਰਟ ਜੀ ਹੁਣ ਗੇੜਾ ਲਾਉਣ ਚੱਲੇ
टेस्ट ड्राइव ते है हुण ट्रैक्टर दोबारे आ दोबारे जा लिया बाबलू इधरला जा वे लग रहा है ब्रेक थोड़ा जहा कसना हौली हौली सही होगा जिवें हुण ना हले हुण तां स्टार्ट कीता पंज मिनट भी नहीं होए हैगे जदों बाहर कढेगा तो हौली हौली इहदी आवाज़ सैट हो जूगी तो इहदा एयर क्लीनर भी नहीं लाया होएगा बाकी ब्रेक तो भाई ओरिजिनल आही बंब चीज़ हैगी देखो एंड इन्ना तो घसदा नहीं हुंदा टायर जिहड़े आ ब्रेकां दे ओके आ जावां ब्रेक भी पास ने गे बाकी इंजन हुण हौली हौली रैला हो जूगा ठीक है ओके बस ठीक है ਅਸੀਂ ਥੋੜ੍ਹਾ ਜਿਹਾ ਹਰ ਚੀਜ਼ ਨਾਲ ਐਕਸਪੈਰੀਮੈਂਟ ਕਰਦੇ ਹਾਂ ਇਹ ਧੱਕਾ ਕਰਨਾ ਨਹੀਂ ਚਾਹੀਦਾ ਸੀਗਾ ਪਰ ਵੀ ਐਂ ਲਾ ਲਓ ਵੀ ਬ੍ਰੇਕ ਵੀ ਚੈੱਕ ਕਰਤੇ ਬਾਹਲਾ ਨਹੀਂ ਕੀਤਾ ਚੱਲ ਸੈੱਟ ਹੋ ਜੂਗਾ ਇੰਨਾ ਕੁ ਤਾਂ ਬਣਦਾ ਸੀਗਾ ਇਹ ਚੀਜ਼ ਕਰਕੇ ਐਂ ਲਾ ਲਓ ਤਰਸੇ ਤਾਂ ਨਹੀਂ ਜ਼ਿਆਦਾ ਟਾਈਮ ਆਪਾਂ ਕਹਿ ਸਕਦੇ ਕਿਉਂਕਿ ਬਹੁਤ ਜਲਦੀ ਕੰਮ ਹੋਏਗਾ ਪਰ ਬਣਦਾ ਸੀ ਇੰਨਾ ਕੁ ਤੁਹਾਡੇ ਲਈ ਅਤੇ ਬ੍ਰੇਕ ਆਪਣੇ ਪੂਰੇ ਬੰਬ ਨੇਗੇ ਓਕੇ 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 ਬੰਬੂ ਜੀ ਅਤੇ ਬਿੰਦਰ ਜੀ ਪਾਸ ਨੇ ਫਿਰ ਚਲੋ ਅੰਦਰ ਲਾਉਣੇ ਹੁਣ ਜੀ ਸਾਫ਼ ਸਫਾਈ ਕਰ ਦਿਆਂਗੇ ਕੱਲ੍ਹ ਇੱਕ ਹੋਰ ਟਰੈਕਟਰ ਆ ਗਿਆ ਹਾਲੇ ਤਾਂ ਹੋਰ ਬਹੁਤ ਸੈਟਿੰਗ ਹੋਣੀ ਹੈ ਜੀ ਪਰ ਫਿਰ ਵੀ ਬਹੁਤ ਸੋਹਣਾ ਆਵਾਜ਼ ਹੈ ਲਓ ਜੀ ਬੰਦ ਹੀ ਕਰ ਦਿਓ ਸਵੇਰੇ ਸਟਾਰਟ ਕਰ ਦਾਂਗੇ ਬੰਦ ਕਰ ਦੇ ਸਵੇਰੇ ਸਟਾਰਟ ਕਰ ਦਾਂਗੇ क्या बात है यार आवाज तो ना तार मेरे से तार वाला काम हले तक नहीं होया ना इहदा ते लै बबलू इधर आ माड़ा जिहा गिन्नी कोला इधर आ इधर आ इधर आ ते गिन्नी जी बबलू जी बिंदर जी ते अपना अमृत आया नहीं हले ते की कहना चाहोगे पहला तो की कहना चाहोगे पहला वो कहने कहो बाकी फिर बाद दी गल्लां करदे आ कहना बस भाई वीडियो दे विच हरेक बंदे नूं बस पता लग जूगा अपनी जॉब बारे ਵੀ ਕੀ ਕੁਛ ਹੋਇਆ ਕੀ ਕੁਛ ਹੁੰਦਾ ਉਰੇ ਬ੍ਰੇਕਾਂ ਕੀ ਨੇਗੀਆਂ 60 ਵਾਲੇ ਨੂੰ ਵੀ ਵੱਧ ਲੱਗਦੇ ਨੇਗੀਆਂ ਸਹੀ ਗੱਲ ਬਾਕੀ ਇੰਜਨ ਦੀ ਆਵਾਜ਼ ਉਹਨੂੰ ਪਤਾ ਹੀ ਆ ਪ੍ਰੋਪਰ ਇਹ ਤਾਂ ਹੋਰ ਵੀ ਇਹਦੀ ਸੈਟਿੰਗ ਹੋ ਜਾਣੀ ਕਿਉਂਕਿ ਚੱਲੀ ਹਜੇ 10 ਮਿੰਟ ਚੱਲਿਆ ਜਦੋਂ ਕੱਲ ਨੂੰ ਇਹਨੇ ਚੱਲਿਆ 10-12 ਘੰਟੇ ਤੁਹਾਨੂੰ ਕੱਲਾ ਸਟਾਕ ਦਿਖਾਈ ਇਹਨੂੰ ਕੱਲ ਨੂੰ ਸਟਾਰਟ ਕਰਕੇ ਖੇਤ ਖੜਾ ਜਾਂਦੇ ਕੱਲਾ ਸਟਾਕ ਦਿਖਾਈ ਦੂਗਾ ਜੀ ਮੋਟਰ ਤੇ ਖੜਾ ਦਿੰਦੇ ਆ ਖੇਤ ਉੱਥੇ ਸਟਾਰਟ ਕਰੀਏ ਆਪਾਂ ਦੂਜਾ ਜਿਹੜਾ ਹੋਰ ਟਰੈਕਟਰ ਆਇਆ ਇੱਕ ਆਪਾਂ ਉਹਦੀ ਜੌਬ ਸ਼ੁਰੂ ਕਰ ਦਿਆਂਗੇ ਤੇ ਬਬਲੂ ਜੀ ਹਾਂ ਜੀ ਤੁਸੀਂ ਦੋ ਸ਼ਬਦ ਕਹਿੰਦਾ ਉਮਰਾਂ ਨੇ ਛੋਟੀਆਂ ਤੇ ਕਾਰਨਾਮੇ ਵੱਡੇ ਆ ਹੈ ਕਿਉਂ ਵੀ ਉਮਰਾਂ ਛੋਟੀਆਂ ਤੇ ਕਾਰਨਾਮੇ ਵੱਡੇ ਇਹ ਨੌਜਵਾਨ ਦੀ ਥੋੜੇ ਜਿਹਾ ਫਰਕ ਪੈਂਦਾ ਨੌਜਵਾਨ ਦਾ ਜੋ ਪਤਾ ਕੀ ਹੈ ਜੋਸ਼ ਜੋਸ਼ ਚ ਆਪਾਂ ਕਾਫੀ ਕੁਝ ਪੰਗੇ ਲੈ ਲੈਂਦੇ ਅੱਜ ਹੁਣ ਸਿਆਪੇ ਵੀ ਛੇੜ ਦਾਂਗੇ ਨਵੇਂ ਜਿਵੇਂ ਜ਼ਿਆਦਾ ਧੱਕਾ ਕਰਨ ਲੱਗ ਜਾਈਏ ਦੋ ਦਿਨ ਲੇਟ ਹੋ ਗਿਆ ਹਾਂ ਦੋ ਦਿਨ ਹੋਰ ਪਹਿਲਾਂ ਹੋ ਜਾਂਦਾ ਅੱਧੂ ਪਹਿਲਾਂ ਹਾਂ 3 ਦਿਨ ਚ ਹੋ ਜਾਂਦਾ ਹੋ ਜਾਂਦਾ ਜੀ ਸਮਾਨ ਕਰਕੇ ਥੋੜੀ ਡਿੱਕਲ ਦਿੰਦੇ ਹਾਂ
चलो अगे तो आप मैनेजमेंट भाई मेरी फिर तो मेरी गलती है अगे तो मैनेजमेंट आप होर सैट रखिए भी जेडे काम पहले दिन ही दे देने चाहिए जिम्मे पंप आप लास्ट दिन दिता ठीक है होर टापे हो गए लास्ट दिन से हूँ आप पहले दिन ही बस वो समान पहुंचता करो तो नेरी लिया दो ठीक है भाई बहुत वधिया बंब 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 हूँ मैंने कल एक कमेंट आया कहना हूँ तू बंब नहीं कहता हूँ कहना भी भाई आह काम होया बंब तो दिलों धन्यवाद भाई है ना तो अपनी टीम का सारे का जिन्होंने भी जिन सतनाम हो रही लक्की वीरे हो रही बिंदर अमृत बबलू किरपाल तो अपना होर ये ट्रैक्टर से होर कि योगदान है ਇਹਦਾ ਝਾੜੂ ਮਾਰਨ ਨੂੰ ਰੱਖਿਆ ਹੋਇਆ ਉਰੇ ਕਾਲਾ ਹਾਂ ਫੋਰਮੈਨ ਸਾਹਿਬ ਆਪਣੇ ਬਿਜ਼ੀ ਨੇ ਗੇ ਉਹ ਤਾਂ ਟਰੈਕਟਰਾਂ 'ਚ ਬਹੁਤ ਜ਼ਿਆਦਾ ਬਿਜ਼ੀ ਨੇ ਚੱਲ ਰਹੇ ਨੇ ਉਧਰਲਿਆਂ 'ਚ ਅੱਜ ਜਿਹੜੇ ਜਿਹੜੇ ਹੋਰ ਮੇਨ ਕੰਮ ਹੋਏ ਸੀ ਇੱਕ ਵਾਰ ਕੱਲ੍ਹ ਦੀ ਵੀਡੀਓ ਤੁਸੀਂ ਦੇਖ ਹੀ ਦਿਓਗੇ ਅਤੇ ਅੱਜ ਜਿਹੜੇ ਮੇਨ ਕੰਮ ਹੋਏ ਸੀ ਇੱਕ ਦੋ ਦਿੱਕਤਾਂ ਵੀ ਆਈਆਂ ਸਾਨੂੰ ਪਰ ਉਹ ਮਾਈਨਰ ਗੱਲਾਂ ਨੇ ਕੀ ਆਉਂਦੀਆਂ ਜਦੋਂ ਆਪਾਂ ਕੋਈ ਚੀਜ਼ ਤਿਆਰ ਕਰਦੇ ਹਾਂ ਅਤੇ ਉਹਦੇ ਬਾਰੇ ਬਬਲੂ ਅਤੇ ਬਿੰਦਰ ਨੂੰ ਪੁੱਛ ਦਿਆਂਗੇ ਬਿੰਦਰ ਇੱਕ ਤਾਂ ਤੂੰ ਅੱਜ ਕੀ ਕੰਮ ਕੀਤਾ ਬਈ ਅੱਜ ਤਾਂ ਜੀ ਕੋਈ ਆਪਣਾ ਪਹਿਲਾਂ ਆਪਾਂ ਹਿੱਸੇ ਦਾ ਕੰਮ ਕੀਤਾ ਠੀਕ ਹੈ ਤੇ ਦੂਜਾ ਆਪਾਂ ਰੇਡੀਏਟਰ ਲਾਇਆ ਠੀਕ ਹੈ ਜੀ ਟੈਂਕੀ ਹੋ ਗਈ ਠੀਕ ਹੈ ਜੀ ਬਾਕੀ ਹੋਰ ਪੈਪਰ ਛਾਪਾਂ ਜੋ ਕੁਝ ਹੈਗਾ ਦੀ ਰਾਤ ਆਪਾਂ ਇੱਕ ਪ੍ਰੋਪਰੀ ਬਸ ਬੈ ਸੀ ਬਿਨਾਂ ਟੈਂਕੀ ਤੋਂ ਆਪਾਂ ਇੱਕ ਸਟਾਰਟ ਕਰਿਆ ਸੀਗਾ ਬਿਨਾਂ ਵਾਪਸੀਆਂ ਤੋਂ ਵੀ ਆਪਾਂ ਕਿਹੜਾ ਸਟਾਰਟ ਕਰ ਲਈਏ ਅੱਜ ਆਪਣਾ ਬ੍ਰੇਕਾਂ ਬਰੂਕਾਂ ਦਾ ਹੋਗਾ ਜਿਵੇਂ ਬਾਈ ਜੀ ਮੈਂ ਤਾਂ ਰਾਤ ਹੀ ਕਿਹਾ ਸੀ ਵੀ ਪਹਿਲਾ ਕਿਹੜਾ ਮੈਂ ਲਾਉਂਗਾ ਬ੍ਰੇਕਾਂ ਇੱਕ ਨੰਬਰ ਨੇ ਲਾ ਕੇ ਤੁਹਾਨੂੰ ਦੇਖ ਹੀ ਲਿਆ ਤੁਹਾਨੂੰ ਬ੍ਰੇਕਾਂ ਦਾ ਇੱਕ ਹੈ ਤੇਲ ਬ੍ਰੇਕਾਂ ਨੇ ਪ੍ਰੈਸ਼ਰ ਮੈਂ ਬੋਲ ਤੁਹਾਨੂੰ ਲੱਗਦਾ ਇਹ ਜਿਹੜਾ ਬ੍ਰੇਕਾਂ ਦਾ ਕੰਮ ਸੀ ਨਾ ਬਬਲੂ ਖੋਲੀ ਬੈਠਾ ਸੀਗਾ ਪਰ ਕੱਲ ਸ਼ੁਰੂ ਕੀਤਾ ਸੀ ਨਾ ਆਪਣਾ ਕੱਲ ਹੀ ਕੀਤਾ ਸੀ ਬ੍ਰੇਕਾਂ ਦਾ ਕੰਮ ਸ਼ੁਰੂ ਕੱਲ ਹੀ ਕੀਤਾ ਸੀਗਾ ਤੇ ਬ੍ਰੇਕਾਂ ਬਾਰੇ ਦੋ ਸ਼ਬਦ ਬਬਲੂ ਜੀ ਕਿਵੇਂ ਕੀਤਾ ਕੰਮ ਤੇ ਕੀ ਕੀ ਇਹਦੇ ਵਿੱਚ ਕੰਮ ਹੋਏ ਨੇਗੇ ਬ੍ਰੇਕਾਂ ਦਾ ਆਪਾਂ ਬ੍ਰੇਕਾਂ ਦਾ ਸਾਰਾ ਸੂਪ ਆਤਾ ਆਪਾਂ ਕੰਪਲੀਟ ਨਵੇਂ ਪਾਤੇ ਡਰਮ ਨਵੇਂ ਪਾਤੇ ਟੀਵੀਐਸ ਦੇ ਟੀਵੀਐਸ ਦੇ ਤੇ ਕਲਸੀ ਦੇ ਡਰਮ ਪਾਏ ਨੇ ਆਪਾਂ ਨੇ ਹਨਾ ਕਲਸੀ ਦੇ ਡਰਮ ਨੇ ਬਾਕੀ ਆਪਣਾ ਪੈਡਲ ਉੱਡ ਰਿਹਾ ਪਾਤੇ ਬ੍ਰੇਕ ਹਾਂ ਮੇਨ ਪਤਾ ਕੀ ਹੈ ਆਪਾਂ ਨੇ ਕੁਝ ਵੀ ਬਬਲੂ ਛੱਡਿਆ ਨਹੀਂ ਪੁਰਾਣਾ ਇੱਕ ਹੁੰਦਾ ਸਪਰਿੰਗ ਕੋਈ ਪੁਰਾਣਾ ਹਾਂ ਇੱਕ ਵੀ ਜਿਹੜਾ ਵੀ ਉਹਦਾ ਮਕੈਨਿਜ਼ਮ ਹੁੰਦਾ ਨਾ ਬ੍ਰੇਕਾਂ ਦੇ ਵਿੱਚ ਉਹ ਸਾਰੀ ਇੱਕ ਇੱਕ ਪਾਰਟ ਹੀ ਨਵਾਂ ਪਾਤਾ ਉਹ ਸਾਰਾ ਉਹਦੇ ਨਾਲ ਹੀ ਇਹ ਵਧੀਆ ਬਣਿਆ ਮੇਨ ਕੰਮ ਜਿਹੜੀ ਉਹਦੇ ਉਹ ਹੁੰਦੀ ਹੈ ਇਹਨੂੰ ਕੇਮ ਇਹਨੂੰ ਕੀ ਕਹਿੰਦੇ ਹੈਗੇ ਆਪਾਂ ਰਾੜ ਨੂੰ ਇਹ ਕੇਮ ਦੇ ਉੱਤੇ ਜਿਹੜਾ ਸਤਨਾਮ ਨੇ ਨਾ ਉਹ ਸਮਾਨ ਲਾਇਆ ਹੈਗਾ ਮਾਲ ਲਾਇਆ ਕਹਿੰਦੇ ਉਹਨੂੰ ਤੇ ਉਹਦੇ ਕਰਕੇ ਇਹਦੇ ਬ੍ਰੇਕਾਂ ਦੀ ਵੀ ਬਹੁਤ ਜ਼ਿਆਦਾ ਵੀ ਜਿਹੜੀ ਪਕੜ ਬਣੀ ਹੈ ਹੈ ਕੇਮ ਤੋਂ ਬਿਨਾਂ ਚਾਹੇ ਆਪਾਂ ਡਰਮ ਨਵੇਂ ਪਾ ਦਈਏ ਚਾਹੇ ਆਪਾਂ ਲੈਦਰ ਨਵੇਂ ਸਕਰੂ ਨਵੇਂ ਪਾ ਦਈਏ ਪਰ ਜਿਹੜੀ ਕੇਮ ਦੀ ਪ੍ਰੋਪਰੀ ਸੈਟਿੰਗ ਹੈ ਉਹ ਤੋਂ ਬਿਨਾਂ ਬ੍ਰੇਕ ਨਹੀਂ ਲੱਗਦਾ ਤੇ ਆਪਣੀ ਲਿਫਟ ਮੜੀ ਜੀ ਤੈਨੂੰ ਉੱਤੇ ਥੱਲੇ ਵੈਸੇ ਆਪਣੇ ਲਾਇਆ ਨਹੀਂ ਅੱਛਾ ਸਹੀ ਹੈ ਠੀਕ ਹੈ ਤੇ ਹੁਣ ਬਸ ਆਪਾਂ ਇਹਨੂੰ ਹੁਣ ਪਾਵਰ ਸਟੀਅਰਿੰਗ ਵਾਸਤੇ ਭੇਜ ਸਕਦੇ ਹਾਂ ਇੱਕ ਜਾਂ ਦੋ ਦਿਨਾਂ ਤੱਕ ਇਹਨੂੰ ਕੱਲ੍ਹ ਨੂੰ ਆਪਾਂ ਚੱਲਦਾ ਛੱਡ ਦੇਣਾ ਹੈਗਾ 14-15 ਘੰਟੇ ਲਈ ਹੈ ਚਲਾ ਕੇ ਫੇਰ ਹੀ ਭੇਜਾਂਗੇ ਪਹਿਲਾਂ ਚਲਾ ਕੇ ਦੇਖ ਲਈਏ ਥੋੜਾ ਟਾਈਮ ਹਨਾ ਲੀਕੇਜ ਲੂਕੇਜ ਤਾਂ ਦੇਖ ਲਈਏ ਚੈੱਕ ਕਰ ਲਾਂਗੇ ਸਾਰਾ ਇਹਦੇ ਆਪਾਂ ਹੈਂਡ ਬ੍ਰੇਕ ਵਾਲਾ ਚੱਲਦਾ ਕਰਾਂਗੇ ਅੱਛਾ ਉਹ ਵੀ ਹੈਂਡ ਬ੍ਰੇਕ ਸਾਰਿਆਂ ਦੀ ਕਰਨੀ ਹੈ ਨਹੀਂ ਇਹਦੇ ਹੈਗੇ ਹੈਂਡ ਬ੍ਰੇਕ ਆਪਾਂ ਉੱਥੋਂ ਸਪੈਸ਼ਲ ਲੈ ਆਵਾਂਗੇ ਯਾਰ ਆ ਦੇਖਾਂ ਹੈਗੇ ਨੇ ਤਾਂ ਇਹਦੇ ਹੈ ਤਾਂ ਸਾਰਾ ਜੋ ਅੱਛਾ ਅਸੀਂ ਇਹ ਲਾਵਾਂਗੇ ਆ ਹੁੰਦਾ ਠੀਕ ਹੈ ਇਹਦਾ ਸਾਰਿਆਂ ਦੀ ਲਾਇਆ ਕਰਾਂਗੇ ਇਹ ਹੈਂਡ ਬ੍ਰੇਕ ਤਾਂ ਸਾਰਿਆਂ ਦੀ ਲਾਉਣੀ ਨੇ ਆਪਾਂ ਨੇ ਹੈਂਡ ਬ੍ਰੇਕ ਜ਼ਰੂਰੀ ਨੇਗੇ ਤੇ ਬਾਕੀ ਪੈਡਲ ਪੁਡਲ ਲੱਗ ਗਏ ਵੀਰੇ ਸਾਰਾ ਕੁਝ ਸੈਟਿੰਗ ਆ ਗਈ ਹੈਗੀ ਇਹਦੀ ਤੇ ਹੱਬਾਂ ਹੋ ਗਈਆਂ ਜਾਂ ਸਭ ਕੁਝ ਹੀ ਹੋ ਗਿਆ ਜੋ ਵੀ ਹੈਗਾ ਇਹਦਾ ਮੇਨ ਕੰਮ ਹੁਣ ਇਹਦੀ ਟੈਸਟਿੰਗ ਰਹਿ ਗਈ ਤੇ ਇਹਦੇ ਇੱਕ ਬੈਟਰੀ ਬਾਕਸ ਲਾ ਕੇ ਇਹਨੂੰ ਵੀ ਸੈਲਫ ਵਜਦਾ ਕਰ ਦਿੰਦੇ ਆ ਤੇ ਫਿਰ ਇਹਦੇ ਕਟਾਕ ਚਲਾ ਕੇ 14-15 ਘੰਟੇ ਥੋੜੇ ਦਿਨ ਟੈਸਟਿੰਗ ਕਰਕੇ ਇਹਨੂੰ ਖੇਤ ਚ ਬਾਹ ਕੇ ਆਪਣੇ ਉੱਤੇ ਖੇਤ ਚ ਪਾਵਰ ਸਟੀਅਰਿੰਗ ਤੋਂ ਬਾਅਦ ਪਾਵਾਂਗੇ ਹਾਂ ਇਹ ਖੇਤ ਚੈਨਲ ਵਾਲਾ ਵੀ ਜਿੱਦ ਆਪਣੇ ਗਗਨ ਵਾਲਾ ਹੋ ਗਿਆ ਇਹ ਹੋ ਗਿਆ ਇੱਕ ਦੋ ਫੋਟੋ ਹੋਰ ਹੋ ਜਾਣਗੇ ਇਕੱਠਿਆਂ ਦੀ ਫਿਰ ਟੈਸਟਿੰਗ ਕਰਾਂਗੇ ਟੈਂਕੀ ਕੁਛ ਸੋਚਾਂ ਹੀ ਐ ਚ ਡੁੱਬਿਆ ਹੋਇਆ ਸੀਗਾ ਤੇ ਆਪਣਾ ਦੂਸਰਾ ਟਰੈਕਟਰ ਹੀ ਅੰਦਰ ਲਾਉਣਾ ਜਾਇਆ ਵਾਲਾ ਤੇ ਬਾਹਰ ਟਰਾਲੀ ਬਾਹਰ ਖੜੀ ਹੈਗੀ ਤੇ ਕੁਛ ਸੋਚਾਂ ਚ ਇਹ ਪਿਆ ਹੋਇਆ ਸੀਗਾ ਯਾਰ ਵੀ ਕਿ ਜ਼ਿੰਦਗੀ ਦੇ ਰੰਗ ਹਨਾ ਜ਼ਿੰਦਗੀ ਕਿੱਧਰ ਤੋਂ ਕਿੱਧਰ ਲੈ ਕੇ ਜਾ ਰਹੀ ਹੈਗੀ ਹੈ ਨਾ ਕੀ ਸੋਚਿਆ ਸੀ ਇਹ ਤਾਂ ਸੋਚਿਆ ਹੀ ਨਹੀਂ ਸੀਗਾ ਵੀ ਜਿਹੜਾ ਮੈਂ ਕੁਛ ਕਰ ਰਿਹਾ ਅੱਜ ਦੇ ਟਾਈਮ 'ਚ ਇਹ ਤਾਂ ਮੈਂ ਕਦੇ ਸੋਚਿਆ ਹੀ ਨਹੀਂ ਸੀਗਾ ਵੀ ਇਹ ਕੁਛ ਵੀ ਕਰੂੰਗਾ ਹੈ ਨਾ 6 ਮਹੀਨੇ ਪਹਿਲਾਂ ਵੀ ਨਹੀਂ ਸੋਚਿਆ ਸੀ ਕਿਉਂਕਿ ਜੈ ਵਾਲਾ ਟਰੈਕਟਰ ਅਸੀਂ ਆਪਣੇ ਵੀਰੇ ਕਰਕੇ ਹੈ ਨਾ ਵੀ ਆਪਣੇ ਸ਼ੌਂਕ ਕਰਕੇ ਤਿਆਰ ਕਰ ਰਹੇ ਸੀਗੇ ਅਤੇ ਜ਼ਿੰਦਗੀ ਦੀਆਂ ਖੇਡਾਂ ਨੇ ਬਾਈ ਇਹ ਜਿਹੜੀਆਂ ਜ਼ਿੰਦਗੀ ਖੇਡ ਰਹੀ ਹੈ ਆਪਣੇ ਨਾਲ ਆਪਾਂ ਤਾਂ ਕਠਪੁਤਲੀ ਹੈ ਆਪਾਂ ਤਾਂ ਚੱਲਣ ਵਾਲੇ ਹੈ ਨਾ ਅਤੇ ਚਲੋ ਇੱਕ ਤਾਂ ਤੁਹਾਡੇ ਨਾਲ ਹੋਰ ਗੱਲਾਂ ਸਾਂਝੀਆਂ ਕਰਨੀਆਂ ਸੀ ਇੱਕ ਤਾਂ ਮੈਂ ਹਰ ਵਾਰ ਵੀਡੀਓ 'ਚ ਕਹਿੰਦਾ ਗਾ ਵੀ ਜਿਹੜਾ ਵੀ ਟਰੈਕਟਰ ਤਿਆਰ ਹੋ ਰਹੇ ਹੋ ਤੁਸੀਂ ਕਿਸੇ ਤੋਂ ਕੰਮ ਕਰਵਾ ਰਹੇ ਹੋ ਮੇਰੀ ਵੀਡੀਓ ਦੇ ਵਿੱਚ ਦੇਖ ਕੇ ਕੰਮ ਕਰਾ ਲਓ ਕਿਰਪਾ ਕਰਕੇ ਬੇਨਤੀ ਹੈ ਬਈ ਪਹਿਲਾਂ ਆਪਣੀ ਤਸੱਲੀ ਜ਼ਰੂਰ ਕਰ ਲਿਆ ਕਰੋ ਹੈ ਨਾ ਮੇਰੇ ਨਾਲ ਬੰਦੇ ਸਹੀ ਨੇਗੇ
मेरे नाल सही नेगे वो मैं अपनी गरंटी से कर रहा ना उन्होंने जो लै वो कर रहे भी तुसी कृपा करके जिद नाल भी करोगे अपनी तसली से काम करो मेरी बात भाई कोई जिम्मेवारी नहीं हैगी किसी होर की तो मेरी खुद की जिहड़ा मैं खुद काम कर रहा है ठीक है वो गरंटी हैगी फुल तो जो हूँ जिम्मे यदा इंजन किया 3000 का तो यदि घट्टो घट साल एक साल की तो गरंटी देवगी देवे अभी भी एक साल जे कुछ भी होंगे गा तो दोबारे करके देवे सारा कुछ सारा कुछ ऐसी करना है ठीक है तो वो होर भी है ना भी बाकी जेडे तुम कम करवाने होगे किसी तो भी करवाने जिंद भी मैं अज तक वीडियो पाई है पिछले 6 महीने के कृपा करके आपकी बई तसली कर लिया करो तो पूरी तसली नाल काम करवाया करो है ना भी जे थोनों पूरा ट्रस्ट होंगे गा मेरे नाल मैं बार बार कहना मेरे नाल सही ने गे ठीक है जरूरी नहीं भी हो हर एक नाल है ना जिहड़ा बंदा सही होगा उन्होंने मैं खुद भी कह देना हूँ गा भी हाँ यार मेरी गरंटी है मेरी जिम्मेवारी है भी थोड़े नाल कदे गलत नहीं होगा मेरी जिम्मेवारी जो मैं ठोक के कहना हूँ गा उत्थे गल कुछ होर होंदी है कि जो आप भी मैं तो हूँ जो किसी को कम करा रहा मैं तो ब्लॉग बनाने ही बनाने गा डेली कम कर देंगे कुछ भी किसी तो कम करवा रहा मैं ब्लॉग बनाने ही वह तो मैं कुछ कम वधिया लगते हैं किसी के कम माड़े लगते हैं वो थोड़े नाल मैं सांझे करता रहना गा तो इसलिए बस बेनती है अपनी तसली से बई अपनी जिम्मेवारी से काम कराओ कल भी लांबे वाली गल जी है ना जे कद हो जाती हैगी कृपा करके बई तुम अपनी तसली की करो तो मैं मैनू बड़ा बैड फील हों ना भी जे किसी ना कोई माड़ा होंगे गा तो मैनू बड़ा बैड फील हों इसलिए मैं तुम तो पहले ही अवेयर कर रहा भी अपनी तसली तो करवाओ बई मैनू मेरी सिर्फ मेरे काम की गरंटी है मैनू तो बस बाकी देखते हैं यार की करती है लाइफ की कुछ अगे होर कुछ की कुछ दिखाई हैगी तो मैनू मेरी वैसा इं है भी चलते चलो बस जिधर न भी कोई भी राह दिखता है खिंच दो कम तो चलो कदे फिर कदे सीरियस गल्ला साझिया करा थोड़े नाल अज इन्ना टाइम नहीं तो वीडियो बहुत लंबी हो गई है थोड़ा सारे दिलों धन्यवाद भाई।